ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਇਹਨਾਂ ਲੋਕਾਂ ਦੇ ਖਾਤਿਆਂ ਵਿੱਚ 25-2500 ਰੁਪਏ ਪਾ ਦਿੱਤੇ ਗਏ ਹਨ ਜੀ ਪੰਜਾਬ ਦੇ ਪੈਨਸ਼ਨ ਧਾਰਕਾਂ ਵਾਸਤੇ ਵੱਡੀ ਖੁਸ਼ਖਬਰੀ ਨਿਕਲ ਕੇ ਆ ਚੁੱਕੀ ਹੈ ਜੀ ਠੀਕ ਹੈ ਜੀ ਸਾਡੀ ਡਿਟੇਲ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਕਿਹਨਾਂ ਲੋਕਾਂ ਦੇ ਖਾਤਿਆਂ ਵਿੱਚ 2500 ਰੁਪਏ ਪੈਨਸ਼ਨ ਆ ਪਾਈਆਂ ਗਈਆਂ ਹਨ ਜੀ ਪਰ ਉਸ ਤੋਂ ਪਹਿਲਾਂ ਜਿਹੜੇ ਚੈਨਲ ਉੱਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦੇਣਾ ਜੀ ਤਾਂ ਜੋ ਪੰਜਾਬ ਵਿੱਚ ਜਿਹੜੀ ਵੀ ਨਵੀਂ ਸਕੀਮ ਦੀ ਅਪਡੇਟ ਆਉਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਦੇ ਜਿਹੜੀ ਹਜੇ ਤੱਕ ਪੈਨਸ਼ਨਾਂ ਜਿਹੜੀਆਂ ਉਹ ਨਹੀਂ ਆਈਆਂ ਤੇ ਇਹ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੇ ਨਵੀਆਂ ਪੈਨਸ਼ਨਾਂ ਅਪਲਾਈ ਕੀਤੀਆਂ ਸੀ ਤੇ ਉਹਨਾਂ ਦੇ ਜਿਹੜੇ ਆ ਪੈਨਸ਼ਨਾਂ ਦੇ ਜਿਹੜੇ ਆ ਫਾਰਮ ਉਹਨਾਂ ਨੂੰ ਡਾਕ ਰਸਤੇ ਘਰ ਭੇਜੇ ਜਾ ਰਹੇ ਹਨ ਜੀ ਤੇ ਉਹ ਜਿਹੜੇ ਫਾਰਮ ਆ ਤੁਸੀਂ ਆਪਣੇ ਬੈਂਕ ਦੇ ਵਿੱਚ ਜਾ ਕੇ ਜਿਹੜੇ ਆਪਣੇ ਉਹ ਬੈਂਕ ਖਾਤੇ ਨਾਲ ਲਿੰਕ ਕਰਵਾਣੇ ਆਂ ਜੀ ਤੇ ਉਸ ਤੋਂ ਬਾਅਦ ਜਿਹੜੇ ਆ ਤੁਹਾਡੇ ਜਿਹੜੀ ਆ ਪੈਨਸ਼ਨਾਂ ਆ ਤੁਹਾਡੇ ਖਾਤਿਆਂ ਦੇ ਵਿੱਚ ਪਾ ਦਿੱਤੀਆਂ ਜਾਣਗੀਆਂ ਜੀ ਤੇ ਦੂਸਰਾ ਇਹ ਹੈ ਕਿ ਜਿਨ੍ਹਾਂ ਦੇ ਜਿਹੜੀਆਂ ਪੈਨਸ਼ਨਾਂ ਆ ਉਹ ਨਹੀਂ ਆਈਆਂ ਤੇ ਉਹਨਾਂ ਨੂੰ ਦੱਸ ਦਿੱਤੇ ਕਿ ਤੁਹਾਡੀ ਪੈਨਸ਼ਨ ਜਿਹੜੀ ਛੇਤੀ ਆਉਣ ਵਾਲੀ ਹੈ ਜੀ ਮਾਗੀ ਤੋਂ ਬਾਅਦ ਜਿਹੜੀ ਆ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੈਨਸ਼ਨ ਧਾਰਕ ਹਾਂ ਜੀ ਉਹ ਸਾਰਿਆਂ ਦੀ ਪੈਨਸ਼ਨਾਂ ਆ ਉਹ ਜਾਰੀ ਕਰ ਦਿੱਤੀ ਜਾਏਗੀ ਜੀ ਤੇ ਕੁਝ ਕੁ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਵੀ ਦਿੱਤੀ ਹੈ ਜੀ ਤੇ ਦੱਸਦੀ ਕਿ ਉਹਨਾਂ ਦੀ ਪੈਨਸ਼ਨਾਂ ਕਟੋਏਆਂ ਹਨ ਜੀ ਜਿਹੜੇ ਰਿਟਰਨ ਆ ਭਰਦੇ ਹਨ ਜੀ ਠੀਕ ਹੈ ਜੀ ਜਿਨ੍ਹਾਂ ਦੇ ਆਡਰ ਕਾਰਡ ਜਿਹੜੇ ਆ ਬੈਂਕ ਖਾਤਿਆਂ ਨਾਲ ਲਿੰਕ ਹਨ ਤੇ ਉਹਨਾਂ ਦੀ ਜਿਹੜੇ ਆ ਸਾਰੇ ਜਿਹੜੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਜਿਹੜੇ ਆ ਉਹਨਾਂ ਦੀਆਂ ਪੈਨਸ਼ਨਾਂ ਕੱਢ ਦਿੱਤੀਆਂ ਗਈਆਂ ਹਨ ਜੀ ਜਿਨ੍ਹਾਂ ਨੇ ਐਫ ਡੀ ਕਰਵਾਈਆਂ ਹੋਈਆਂ ਹਨ ਅਤੇ ਜਿਨ੍ਹਾਂ ਜ਼ਿਆਦਾ ਰਿਟਰਨ ਆ ਭਰਦੇ ਹਨ ਜੀ ਅਤੇ ਜਿਨ੍ਹਾਂ ਦੀ 2.5 ਕਿਲੇ ਤੋਂ ਵੱਧ ਪੈਲੀ ਹੈ ਉਹਨਾਂ ਦੀ ਪੈਨਸ਼ਨਾਂ ਵਾ ਜਿਹੜੀਆਂ ਉਹ ਕੱਢ ਦਿੱਤੀਆਂ ਗਈਆਂ ਹਾਂ ਜੀ ਪੰਜਾਬ ਸਰਕਾਰ ਦੇ ਵੱਲੋਂ ਠੀਕ ਹੈ ਜੀ ਬਾਕੀ ਨਵੀਆਂ ਪੈਨਸ਼ਨਾਂ ਜਿਹੜੀਆਂ ਵਾ ਉਹ 52 ਸਾਲ ਤੋਂ ਜਿਹੜੀਆਂ ਅਪਲਾਈ ਕਰ ਸਕਦੇ ਹਨ ਜੀ ਇਹ ਹੀ ਜਾਣਕਾਰੀ ਸੀ ਜਿੰਨਾ ਟਰਨ ਸਾਂ ਜੀ ਕਿ ਨਹੀਂ ਸੀ ਮਿਲਦੇ ਨਵੇਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਸੀ ਗੱਲ ਜੀ